ਹੈਲੋ ਹਾਂਜੀ ਹੋਰ ਜੀ ਕਿਵੇਂ ਹੋਈ ਸਾਰੇ ਵਧੀਆ ਹੀ ਠੀਕ ਠਾਕ ਹੀ ਤੇ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਜਿਹੜੇ ਹੁਣ ਕਾਨੂੰਨਾਂ ਦੇ ਵਿੱਚ ਤਬਦੀਲੀ ਹੋਈ ਆ ਤੇ ਉਹਦੇ ਬਾਰੇ ਤੁਹਾਨੂੰ ਅਪਡੇਟ ਦਵਾਂਗੇ ਤੇ ਜਿਵੇਂ ਅੱਜ ਰੈੱਡ ਜ਼ੋਨ ਆ ਵੀ ਅੱਜ ਸਾਰਾ ਇਟਲੀ ਰੈੱਡ ਜ਼ੋਨ ਦੇ ਵਿੱਚ ਆ ਤੇ ਕੱਲ ਨੂੰ ਵੀ 6 ਜਨਵਰੀ ਨੂੰ ਵੀ ਸਾਰਾ ਇਟਲੀ ਰੈੱਡ ਜ਼ੋਨ ਦੇ ਵਿੱਚ ਆ ਵੀ ਤੁਸੀਂ ਆਪਣੇ ਕਮੂਨੇ ਤੋਂ ਬਾਹਰ ਨਹੀਂ ਜਾ ਸਕਦੇ ਵੀ ਬਿਨਾ ਕੰਮ ਤੋਂ ਵੀ ਜੇ ਤੁਸੀਂ ਕੰਮ ਤੇ ਜਾਣਾ ਤਾਂ ਤੁਸੀਂ ਬਾਹਰ ਜਾ ਸਕਦੇ ਆ ਜਾਂ ਤੁਹਾਨੂੰ ਕੋਈ ਐਮਰਜੈਂਸੀ ਆ ਤਾਂ ਉਹ ਵਜ੍ਹਾ ਤੇ ਤੁਸੀਂ ਬਾਹਰ ਜਾ ਸਕਦੇ ਆ ਤੇ ਜਿਵੇਂ ਹੁਣ 7 8 ਤਰੀਕ ਨੂੰ ਵੀ 7 ਤੇ 8 ਜਨਵਰੀ ਨੂੰ ਹੈਗਾ ਹੀ ਹੁਣ ਪੀਲਾ ਜ਼ੋਨ ਤੇ 9 ਤੇ 10 ਜਨਵਰੀ ਨੂੰ ਹੈਗਾ ਹੀ ਸੰਤਰੀ ਜ਼ੋਨ ਤੇ ਇਹਦੇ ਵਿੱਚ ਵੀ ਤੁਸੀਂ ਆਪਣੇ ਕਮੂਨੇ ਤੋਂ ਬਾਹਰ ਨਹੀਂ ਜਾ ਸਕਦੇ ਵੀ ਤੁਹਾਡੇ ਲਈ ਆ ਤੋਂ ਚਾਤੀ ਵਿਕਾਸ ਸਿਉ ਨੇ ਜ਼ਰੂਰੀ ਯਾਈ ਬਹੁਤ ਤੇ ਤਾਂ ਹੀ ਤੁਸੀਂ ਆਪਣਾ ਬਾਹਰ ਜਾ ਸਕਦੇ ਆ ਤੇ ਜਿਵੇਂ ਇਸ ਤੋਂ ਬਾਅਦ ਹੀ 10 ਤੋਂ ਬਾਅਦ ਜਿਵੇਂ 11 12 13 ਤੇ 14 ਤੇ 15 ਤੇ ਹਜੇ ਇਹ ਤਾਂ ਕੋਈ ਵੀ ਫਾਈਨਲ ਨਹੀਂ ਹੋਇਆ ਇਹ ਕੋਈ ਵੀ ਡਿਸੀਜਨ ਨਹੀਂ ਲਿੱਤਾ ਗਿਆ ਵੀ 10 ਤੋਂ ਬਾਅਦ ਜਿਹੜੇ 15 ਤੱਕ ਵੀ ਕਿੱਦਾਂ ਦੇ ਜ਼ੋਨ ਆਉਣਗੇ ਵੀ ਕਿਹੜਾ ਰੰਗ ਇਹਨਾਂ ਨੇ ਹੁਣ ਜਿਵੇਂ ਲੁੰਬਾਰਦੀ ਆ ਤਾਂ ਲੁੰਬਾਰਦੀਆਂ ਨੂੰ ਕਿਹੜਾ ਰੰਗ ਦੇਣਾ ਤੇ ਕੰਪਾਨੀਆਂ ਨੂੰ ਕਿਹੜਾ ਦੇਣਾ ਹਜੇ ਇਹਦੀ ਕੋਈ ਵੀ ਅਪਡੇਟ ਨਹੀਂ ਆਈ ਜਦੋਂ ਥਾਈ ਅਗਲਾ ਡੀਪੀਸੀਐਮ ਨਹੀਂ ਆਉਂਦਾ ਤਾਂ ਉਦੋਂ ਤੱਕ ਹੀ ਆਪਾਂ ਤੁਹਾਨੂੰ ਕੁਝ ਵੀ ਨਹੀਂ ਇਦਾਂ ਦੱਸ ਸਕਦੇ ਤੇ ਜਿਵੇਂ ਹੁਣ ਸਕੂਲਾਂ ਤੇ ਅਪਡੇਟ ਆ ਰਹੀ ਆ ਤਾਂ ਇਹ ਸਕੂਲ ਵੀ ਹੁਣ ਹਜੇ ਦੱਸਿਆ ਜਾ ਰਿਹਾ ਵੀ ਜਿਹੜੇ ਸਕੂਲਾਂ ਤਾਂ ਇਹੋ 7 ਤਰੀਕ ਨੂੰ ਸ਼ਾਇਦ ਨਾ ਖੁੱਲਣ ਵੀ ਜਿਹੜੇ 50 60% ਜਿਹੜੇ ਚਾਂਸਾਂ ਵੀ ਉਹ ਸ਼ਾਇਦ ਜਿਹੜੇ ਸਕੂਲਾਂ ਦੀ ਡੇਟ ਆ ਤਾਂ ਇਹੋ ਬਾਤ ਸਕਦੀ ਆ ਵੀ ਹੁਣ ਸਕੂਲ 7 ਤਰੀਕ ਨੂੰ ਖੁੱਲਣੇ ਨਹੀਂ ਹੈਗੇ ਤੇ ਬਾਕੀ ਹਜੇ ਫਾਈਨਲ ਨਹੀਂ ਹੈਗਾ ਵੀ ਸਕੂਲ ਖੁੱਲਣਿਆ ਜਾਂ ਨਹੀਂ ਖੁੱਲਣਿਆ ਜਿਵੇਂ ਹੀ ਆਪਾਂ ਤੁਹਾਨੂੰ ਦੱਸਦੇ ਆ ਜਿਹੜੀ ਹੁਣ ਨਿਊਜ਼ ਤਸਦੰਦਿਆਂ ਤਾਂ ਉਸ ਤੋਂ ਬਾਅਦ ਹੀ ਜਿਵੇਂ ਹੁਣ ਨਵਾਂ ਡੀਪੀਸੀਐਮ ਆ ਗਿਆ ਵੀ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਅੱਜ ਚਾਹੇ ਕੱਲ ਜਿਵੇਂ ਹੀ ਆਉਣ ਵਾਲਾ ਜਿਹੜਾ ਹੁਣ ਡੀਪੀਸੀਐਮ ਹੋਊਗਾ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਵੀ 7 ਜਨਵਰੀ ਤੋਂ ਪਹਿਲਾਂ ਪਹਿਲਾਂ ਜਿਹੜਾ ਹੀ ਹੁਣ ਡੀਪੀਸੀਐਮ ਆ ਸਕਦਾ ਤੇ ਉਹਦੇ ਵਿੱਚ ਜੜੀਆਂ ਆਪਣੀਆਂ ਕੁਝ ਗੱਲਾਂ ਦੇ ਜਿਹੜੇ ਕੁਐਸਚਨ ਮਾਰਕ ਆਈ ਇਹੋ ਸਾਰੇ ਕਲੀਅਰ ਹੋ ਜੇਣੇ ਤੇ ਉਦੋਂ ਥਾਈ ਆਪਾਂ ਨੂੰ ਵੇਟ ਕਰਨੀ ਪੈਣੀ ਆ ਵੀ ਹਜੇ ਜਿਹੜੀਆਂ ਇਹ ਗੱਲਾਂបੱਤਾਂ ਹੀ ਚੱਲ ਰਹੀਆਂ ਵੀ ਸਕੂਲ ਖੁੱਲਣੇ ਆ ਜਾਂ ਨਹੀਂ ਖੁੱਲਣੇ ਤੇ ਬਾਕੀ ਸਾਰਾ ਹੀ ਜਿਹੜਾ ਹੁਣ ਡੀਪੀਐਸਐਮ ਹੋਊਗਾ ਤਾਂ ਉਹਦੇ ਆਉਣ ਤੱਕ ਜਿਹੜੇ ਹੁਣ ਅਗਲੇ ਕਾਨੂੰਨ ਹੋਣਗੇ ਵੀ ਉਦੋਂ ਤੱਕ ਆਪਾਂ ਨੂੰ ਵੇਟ ਕਰਨੀ ਪੈਣੀ ਆ 27 ਤਰੀਕ ਤੋਂ ਲੈ ਕੇ ਆਪਾਂ ਨੇ ਤੁਹਾਨੂੰ ਦੱਸਿਆ ਈ 10 ਜਨਵਰੀ ਤੱਕ ਜਿਹੜਾ ਹੀ ਹੁਣ ਲਾਕਡਾਊਨ ਆਈ ਰਾਤ ਦਾ ਲਾਕਡਾਊਨ ਜਿਵੇਂ ਇਹ ਮਿਨੀ ਲਾਕਡਾਊਨ ਆ ਵੀ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਉਦਾਂ ਹੀ ਚੱਲਣਾ ਜਿਵੇਂ ਤੁਸੀਂ ਬਾਹਰ ਅੰਦਰ ਜਾ ਨਹੀਂ ਸਕਦੇ ਜਿਹੜਾ ਲਾਕਡਾਊਨ ਆਈ ਉਹ ਰੈਗੂਲਰ ਹੁਣ ਉਦਾਂ ਹੀ ਚੱਲੂਗਾ ਵੀ ਉਹਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਈ ਹੈਗੀ ਤੇ ਬਾਕੀ ਹੁਣ ਜਿਵੇਂ 15 ਤਰੀਕ ਤੋਂ ਬਾਅਦ ਹੋ ਸਕਦਾ ਵੀ ਜੇ ਹੁਣ ਸਰਕਾਰ ਨੇ ਪਾਬੰਦੀਆਂ ਲਗਾਉਣੀਆਂ ਹੋਈਆਂ ਈ ਜਿਹੜੇ ਜ਼ੋਨ ਰੱਖਣੇ ਹੋਏ ਤਾਂ ਉਹ 11 ਤੋਂ ਲੈ ਕੇ 15 ਤਰੀਕ ਤੱਕ ਹੀ ਰੱਖ ਸਕਦੇ ਆ ਵੀ ਸ਼ਾਇਦ ਉਸ ਤੋਂ ਬਾਅਦ ਜਿਹੜੇ 15 ਤਰੀਕ ਤੋਂ ਬਾਅਦ ਵੀ ਜਿਹੜੇ ਇਹ ਸਾਰੇ ਇਟਲੀ ਦਾ ਰੰਗ ਇੱਕ ਹੀ ਹੋ ਸਕਦਾ ਵੀ ਜਿਹੜੇ ਜ਼ੋਨ ਆਈ ਹੋ ਉਹ ਇਹਨਾਂ ਨੇ ਖਤਮ ਕਰ ਦੇਣੇ ਜਿਵੇਂ ਹੀ ਹੁਣ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਿਚੁਏਸ਼ਨ ਠੀਕ ਹੋ ਰਹੀ ਆ ਤੇ ਬਾਕੀ ਡਿਪੈਂਡ ਕਰਦਾ ਹੀ ਜਿਹੜੇ ਕੇਸਾਂ ਤੇ ਵੀ ਕਰੋਨਾ ਵਾਇਰਸ ਦੇ ਕੇਸ ਆਈ ਜਿਹੜੇ ਵੀ ਉਹ ਘਟ ਆਉਂਦੇ ਆ ਤਾਂ ਤਾਂ ਹੀ ਜਿਹੜੇ ਜ਼ੋਨ ਉਹਨਾਂ ਨੂੰ ਇਹਨਾਂ ਨੇ ਖਤਮ ਕਰ ਦੇਣਾ ਜੇ ਕੇਸ ਇਹਨਾਂ ਨੂੰ ਵੱਧਦੇ ਲੱਗੇ ਤਾਂ ਫਿਰ ਜਿਹੜੇ ਜੋਨ ਆਈ ਯੋਹ ਉਦਾਂ ਹੀ ਜਿਵੇਂ ਲੰਬਰਦੀਆ ਨੂੰ ਵੀ ਜਿਵੇਂ ਹੁਣ ਰੰਗ ਦਿੱਤੇ ਹੋਏ ਆਈ ਇਹਨਾਂ ਨੇ ਸਾਰੇ ਤਾਂ ਉਦਾਂ ਹੀ ਫੇਰ ਡਿਵਾਈਡ ਕਰ ਦੇਣਾ ਤੇ ਬਾਕੀ ਦੇਖੋ ਇਹ ਕਿੱਦਾਂ ਹੁੰਦਾ ਸਾਰਾ ਆਉਣ ਵਾਲੇ ਡੀਪੀ ਸੈਮ ਚ ਆਪਾਂ ਨੂੰ ਸਾਰਾ ਕਲੀਅਰ ਹੋ ਜਾਣਾ ਤੇ ਇਸ ਤੋਂ ਬਾਅਦ ਹੀ ਹੁਣ ਆਪਾਂ ਚੱਲਦੇ ਆਂ ਨੈਕਸਟ ਅਪਡੇਟ ਵੱਲ ਤੇ ਹੁਣ ਕੁਝ ਵੀਰਾਂ ਦੇ ਜਿਹੜੇ ਮੈਸੇਜ ਆ ਰਹੇ ਸੀਗੇ ਵੀ ਅਮੈਸੀ ਦੇ ਬਾਰੇ ਵੀ ਜਿਹੜੀ ਹੁਣ ਅਮੈਸੀ ਆਈ ਜਿਵੇਂ ਆਪਣੇ ਮਲਾਨੋ ਮੈਸੀ ਆ ਵੀ ਉਹ ਓਪਨ ਆ ਕਿ ਕਲੋਜ਼ ਆ ਤਾਂ ਇਹ ਜਿਹੜੀ ਮਲਾਨੋ ਮੈਸੀ ਆ ਤਾਂ ਉਹ ਆਪਣਾ ਯੂਹਸ ਜਿਹੜਾ ਸਾਰਾ ਕੰਮ ਕਰਾਈ ਉਹ ਆਪਣਾ ਆਨਲਾਈਨ ਕਰਦੇ ਆ ਵੀ ਜਿਵੇਂ ਹੁਣ ਜੇ ਤੁਸੀਂ ਪਾਸਪੋਰਟ ਨਿਊ ਕਰਾਉਣਾ ਤਾਂ ਵੀ ਤੁਸੀਂ ਉਹਨਾਂ ਨੂੰ ਹੀ ਬਾਇ ਪੋਸਟ ਭੇਜ ਸਕਦੇ ਆ ਜਿਵੇਂ ਬਹੁਤ ਸਾਰੇ ਵੀਰਾਂ ਦੇ ਇਹੀ ਮੈਸੇਜ ਆ ਰਹੇ ਆਈ WhatsApp ਤੇ ਵੀ ਜਿਵੇਂ ਉਹਨਾਂ ਨੇ ਪਾਸਪੋਰਟ ਉਹਨਾਂ ਦੇ ਡੇਟ ਲੰਘ ਚੁੱਕੀ ਆ ਉਹਨਾਂ ਨੇ ਨਿਊ ਕਰਾਉਣੇ ਆ ਤਾਂ ਤੁਸੀਂ ਉਹਨਾਂ ਨੂੰ ਹੀ ਬਾਇ ਪੋਸਟ ਆਪਣਾ ਜਿਹੜਾ ਪਾਸਪੋਰਟ ਆਈ ਇਹੋ ਭੇਜ ਸਕਦੇ ਆ ਤੇ ਉਹਨਾਂ ਨੇ ਤੁਹਾਨੂੰ ਬਾਇ ਪੋਸਟ ਹੀ ਉਧਰ ਤੇ ਪਾਉਣਾ ਤੇ ਬਾਕੀ ਜੇ ਕੋਈ ਮਿਸਟੇਕ ਹੁੰਦੀ ਆ ਤਾਂ ਕੋਈ ਗੱਲਬਾਤ ਹੁੰਦੀ ਆ ਤਾਂ ਹੀ ਉਹਨਾਂ ਦੀ ਤੁਸੀਂ ਵੈਬਸਾਈਟ ਤੇ ਜਾ ਕੇ ਤਾਂ ਉਹਨਾਂ ਨਾਲ ਕਨੈਕਟ ਬਣਾ ਕੇ ਤਾਂ ਤੁਸੀਂ ਉੱਥੇ ਜਾ ਵੀ ਸਕਦੇ ਆਂ ਇਹ ਪੁੱੰਤਾ ਮੈਨੂੰ ਲੈ ਕੇ ਛੇ ਜਈ ਕਾਫੀ ਜ਼ਿਆਦਾ ਇਦਾਂ ਦੇ ਚਾਂਸ ਹੋਏ ਆ ਵੀ ਜਿਹੜੇ ਤੁਹਾਡੇ ਐਡਰੈਸ ਸੀਗੇ ਜਿਵੇਂ ਪਾਸਪੋਰਟ ਉਹਨਾਂ ਨੇ ਉਧਰ ਤੇ ਭੇਜਣੇ ਸੀਗੇ ਜਦੋਂ ਤੁਹਾਡੇ ਪਾਸਪੋਰਟ ਤਿਆਰ ਹੋ ਗਏ ਸੀਗੇ ਮੈਸੀ ਦੇ ਵਿੱਚ ਤਾਂ ਜਿਹੜੇ ਉਹਨਾਂ ਦੇ ਐਡਰੈਸ ਸੀਗੇ ਤਾਂ ਇਹੋ ਸਹੀ ਨਹੀਂ ਸੀਗੇ ਤਾਂ ਆਪਣਾ ਜਿਹੜਾ ਐਡਰੈਸ ਹੁੰਦਾ ਇਹੋ ਬਹੁਤ ਧਿਆਨ ਨਾਲ ਭਰੇ ਕਰੋ ਤਾਂ ਕਿ ਜਿਹੜੀ ਤੁਹਾਨੂੰ ਬਾਅਦ ਚੋਂ ਅੜਜਣਾ ਨਾ ਪਵੇ ਬੰਦੇ ਨੂੰ ਫੇਰੀ ਤੁਹਾਨੂੰ ਮੁੜ ਕੇ ਖੱਜਲ ਖਵਾਰੀ ਛੜ ਜਾਂਦੀ ਆ ਆਪਣਾ ਥੋੜਾ ਜਿਹਾ ਧਿਆਨ ਨਾਲ ਐਡਰੈਸ ਵਗੈਰਾ ਭਰਿਓ ਤੇ ਇਸ ਤੋਂ ਬਾਅਦ ਹੀ ਹੁਣ ਆਪਾਂ ਚੱਲਦੇ ਆਂ ਜੀ ਨੈਕਸਟ ਅਪਡੇਟ ਵੱਲ ਤੇ ਜਿਹੜੀ ਨੈਕਸਟ ਅਪਡੇਟ ਆ ਉਹ ਹੁਣ ਹੀ ਫਰਾਂਸ ਤੋਂ ਆ ਤੇ ਫਰਾਂਸ ਦੇ ਵਿੱਚ ਵੀ ਜਿਵੇਂ ਜਿਹੜਾ ਪਹਿਲਾਂ ਕਲਫੂ ਦਾ ਟਾਈਮ ਸੀਗਾ ਤਾਂ ਇਹ ਉਹ ਰਾਤ ਦੇ 8 ਵਜੇ ਤੋਂ ਸੀਗਾ ਤੇ ਹੁਣ ਉੱਥੇ ਈਸਟਰ ਸਾਈਡ ਦੇ ਵਿੱਚ ਵੀ ਜਿਹੜਾ ਹੀ ਇਹਦਾ ਟਾਈਮ ਆਈ ਉਹ ਚੇਂਜ ਕਰ ਦਿੱਤਾ ਗਿਆ ਵੀ ਹੁਣ ਜਿਹੜਾ ਕਲਫੂ ਦਾ ਟਾਈਮ ਹੋਊਗਾ ਲਾਕਡਾਊਨ ਦਾ ਹੀ ਰਾਤ ਦੇ ਦਾ ਤਾਂ ਹੀ ਉਹ ਹੁਣ ਵੀ 6 ਵਜੇ ਤੋਂ ਸ਼ੁਰੂ ਹੋ ਜੇ ਕਰਨਾ ਤੇ ਇਹ ਸਾਰਾ ਹੀ ਹੋ ਰਿਹਾ ਵੀ ਜਿਹੜੇ ਉੱਥੇ ਫਰਾਂਸ ਦੇ ਵਿੱਚ ਕੇਸ ਘਟ ਨਹੀਂ ਰਹੇ ਹੈਗੇ ਤੇ ਆਪਾਂ ਹੀ ਫਰਾਂਸ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜੇ ਐਕਟਿਵ ਕੇਸ ਆ ਤਾਂ ਹੀ ਉਹ ਇਸ ਟਾਈਮ ਹੀ ਫਰਾਂਸ ਦੇ ਵਿੱਚ ਐਕਟਿਵ ਕੇਸ ਹੀ 23 ਲੱਖ ਤੋਂ ਉੱਪਰ ਆ ਬਿੱਗ 398298 ਆ ਇਸ ਟਾਈਮ ਵੀ ਫਰਾਂਸ ਦੇ ਵਿੱਚ ਐਕਟਿਵ ਕੇਸ ਆ ਤੇ ਬਹੁਤ ਸਲੋ ਘਟ ਰਹੇ ਆ ਵੀ ਜਿਹੜੀ ਠੀਕ ਹੋਣ ਦੀ ਗਿਣਤੀ ਆਈ ਉਹ ਵੀ ਠੀਕ ਬੰਦੇ ਕਾਫੀ ਜ਼ਿਆਦਾ ਘਟ ਹੋ ਰਹੇ ਆ ਤੇ ਉਹਦੇ ਕਰਕੇ ਹੀ ਜਿਹੜਾ ਇਹਨਾਂ ਨੇ ਹੁਣ 2 ਘੰਟੇ ਦਾ ਵੀ अर्ਲੀ ਕਰ ਦਿੱਤਾ ਗਿਆ ਹੀ ਪਹਿਲਾਂ ਕਰ ਦਿੱਤਾ ਗਿਆ ਵੀ ਹੁਣ ਇਹਨੂੰ ਟਾਈਮ ਵੀ ਥੋੜਾ ਜਿਹਾ ਵੀ ਲਾਕਡਾਊਨ ਪਹਿਲਾਂ ਤੋਂ ਸ਼ੁਰੂ ਹੋ ਜੈਣਾ ਜਰ ਫਰਾਂਸ ਦੇ ਵਿੱਚ ਤੇ ਇਸ ਤੋਂ ਬਾਅਦ ਹੀ ਜਰਮਨ ਤੋਂ ਜਿਹੜੀ ਅਪਡੇਟ ਆ ਰਹੀ ਆ ਤਾਂ ਜਰਮਨ ਉੱਥੇ ਜਿਹੜੇ ਕੇਅਰ ਹੋਮ ਆ ਤਾਂ ਹੀ ਉਹਨਾਂ ਦੇ ਵਿੱਚ ਜਿਵੇਂ ਹੁਣ ਲੋਟਰੀ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਵੀ ਓਨਲ ਟਾਈਮ ਦੇ ਵਿੱਚ ਇਹ ਸਾਰਾ ਹੀ ਵੈਕਸੀਨ ਦੀ ਕਮੀ ਹੋਣ ਕਰਕੇ ਵੀ ਵੈਕਸੀਨ ਉਹਦੇ ਹੀ ਲਗਾਈ ਜਾਏ ਕਰੂਗੀ ਵੀ ਜੇ ਹੁਣ ਤੁਹਾਡੀ ਲੋਟਰੀ ਨਿਕਲੇ ਕਰੂਗੀ ਤਾਂ ਵੈਕਸੀਨ ਲਗਾਈ ਜਾਏ ਕਰੂਗੀ ਵੀ ਇਹ ਸਿਸਟਮ ਸ਼ੁਰੂ ਕਰਨ ਜਾ ਰਹੇ ਆ ਇਹੋ ਜਿਹੜੇ ਕੇਅਰ ਹੋਮ ਦੀ ਵੈਕਸੀਨ ਦੀ ਜਿਹੜੀ ਸਪਲਾਈ ਆਈ ਇਹੋ ਘਟ ਹੋਣ ਕਰਕੇ ਆ ਦੀ ਹੁਣ ਚਲਦੇ ਆ ਜੀ ਨੈਕਸਟ ਅਪਡੇਟ ਵੱਲ ਜਿਵੇਂ ਜਿਹੜੀ ਹੁਣ ਨੈਕਸਟ ਖਬਰ ਆਈ ਉਹ ਹੈਗੀ ਆ ਸਕਾਟਲੈਂਡ ਤੋਂ ਯੂਕੇ ਦੇ ਵਿਚਕਾਰ ਵੀ ਜਿਹੜੀ ਹੁਣ ਤਣਾ ਸਾਹਮਣੇ ਆ ਰਹੀ ਆ ਵੀ ਉਹਨਾਂ ਦੇ ਜਿਹੜੇ ਸਬੰਧਾਂ ਇਹੋ ਹੁਣ ਵਿਗੜਦੇ ਜਾ ਰਹੇ ਆ ਤੇ ਸਕਾਟਲੈਂਡ ਕਹਿ ਰਿਹਾ ਸੀਗਾ ਇਹ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਸੀਗਾ ਵੀ ਤੁਸੀਂ ਯੂਰਪ ਦੇ ਨਾਲੋਂ ਵੱਖ ਹੋਵੋ ਤਾਂ ਹੁਣ ਸਕਾਟਲੈਂਡ ਵੱਲੋਂ ਵੀ ਜਿਹੜਾ ਇੱਕ ਰੀਫੈਂਡਮ ਆ ਵੀ ਉਹ ਕੀਤਾ ਜਾ ਰਿਹਾ ਹੈ ਵੀ ਉਹਦੇ ਵਿੱਚ ਉਹਨਾਂ ਨੇ ਦੇਖਣਾ ਹੈ ਵੀ ਜਿਹੜਾ ਹੀ ਲੋਕ ਵੀ ਕਿੰਨੇ ਜਾਣੇ ਯੂਰਪ ਦੇ ਨਾਲ ਸਹਿਮਤ ਹੈਗੇ ਆ ਵੀ ਜੇ ਜ਼ਿਆਦਾ ਜਾਣੇ ਸਹਿਮਤ ਹੋਏ ਵੀ ਹਾਂ ਅਸੀਂ ਯੂਰਪ ਦੇ ਵਿੱਚ ਰਹਿਣਾ ਤਾਂ ਹੀ ਉਹਨਾਂ ਨੇ ਫਿਰ ਸਕਾਟਲੈਂਡ ਨੇ ਯੂਕੇ ਨਾਲੋਂ ਵੱਖਰਾ ਹੋ ਜੇਣਾ ਪੀ ਜੇ ਜਿਵੇਂ ਹਜੇ ਗੱਲਾਂਬਾਤਾਂ ਜਿਹੜੀਆਂ ਆਪਾਂ ਨੂੰ ਨਿਊਜ਼ ਦੇ ਵਿੱਚ ਆ ਰਹੀਆਂ ਹੀ ਇਹ ਵੀ ਉਹਨਾਂ ਨੇ ਰਿਫੰਡਮ ਕਰਨਾ ਤੇ ਫਿਰ ਉਹਨਾਂ ਨੇ ਵੱਕ ਹੋ ਜੇਣਾ ਤੇ ਜੇ ਜੇ ਜ਼ਿਆਦਾਤਰ ਬੰਦਿਆਂ ਦੀ ਜਿਹੜੀ VOTING ਆਈ ਉਹ UK ਵਾਲੇ ਪਈ ਵੀ ਜਿਹੜਾ ਹੀ ਅਸੀਂ UK ਦੇ ਨਾਲ ਰਹਿਣਾ ਚਾਹੁੰਦੇ ਆ ਸਕਾਟਲੈਂਡ ਦੇ ਜਿਹੜੇ ਨਿਵਾਸੀ ਆ ਜਿਵੇਂ ਉਹ VOTING ਦੇਣਗੇ ਤਾਂ ਉਹ ਸਾਭ ਦੇ ਨਾਲ ਵੀ ਉਹ ਉਦਾਂ ਹੀ ਚੱਲੂਗਾ ਅੱਗੇ ਤੇ ਬਾਕੀ ਜਿਹੜਾ ਹੀ ਹੁਣ ਉਹ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਰਫੰਡਮ ਹੋਣਾ ਤੇ ਉਹਦੇ ਸਾਬ ਨਾਲ ਵੀ ਉਹਨਾਂ ਨੇ ਫੈਸਲੇ ਲੈਣੇ ਆ ਵੀ ਉਹ ਇੰਗਲੈਂਡ ਦੇ ਨਾਲ ਰਹਿਣਾ ਚਾਹੁੰਦੇ ਆ ਕਿ ਯੂਰਪ ਦੇ ਨਾਲ ਰਹਿਣਾ ਚਾਹੁੰਦੇ ਆ ਤੇ ਬਾਕੀ ਜਿਹੜਾ ਹੀ ਉਹ ਉੱਥੇ ਯੂਕੇ ਦੇ ਪ੍ਰਧਾਨ ਮੰਤਰੀ ਦਾ ਵੀ ਬਿਆਨ ਆਇਆ ਵੀ ਉਹਨਾਂ ਦਾ ਇਹ ਕਹਿਣਾ ਵੀ ਜਿਹੜੇ ਇਹ ਰਫੰਡਮ ਕਰਦੇ ਆ ਵੀ ਉਹਦੇ ਨਾਲ ਜਿਹੜੇ ਡਿਸੀਜਨ ਆਲੇ ਡਿਸੀਜਨ ਆਈ ਵੀ ਉਹ ਸਹੀ ਨਹੀਂ ਲਏ ਹੁੰਦੇ ਵੀ ਉਹਨਾਂ ਦਾ ਇਹ ਕਹਿਣਾ ਆ ਵੀ ਤੁਸੀਂ ਰੈਫੰਡਮ ਨਾ ਕਰੋ ਤੇ ਬਾਕੀ ਜਿਵੇਂ ਉਹ ਜਿਹੜੀ ਗੱਲ ਕਰ ਰਹੇ ਆ ਵੀ ਉਹ 2016 ਚ ਜਿਹੜਾ ਰੈਫੰਡਮ ਕੀਤਾ ਸੀਗਾ ਤੇ ਯੂਰਪ ਦੇ ਵਿਚਕਾਰ ਵੀ ਉਹਦੇ ਕਰਕੇ ਹੀ ਜਿਹੜਾ ਇਹ ਹੁਣ ਵੀ ਯੂਕੇ ਵੱਲੋਂ ਜਿਹੜਾ ਇਹ ਡਿਸੀਜਨ ਲਿੱਤਾ ਗਿਆ ਵੀ ਉਹ ਸਾਨੂੰ ਵੱਖਰਾ ਹੋਣਾ ਪਿਆ ਵੀ ਫੇਰ ਇੱਕ ਪਾਸਾ ਕਰਨਾ ਪੈਂਦਾ ਵੀ ਜਦੋਂ ਆਪਾਂ ਲੋਕਾਂ ਦੀ ਸਲਾਹ ਲੈ ਲਈਏ ਤਾਂ ਵੀ ਇਹ ਜਿਹੜਾ ਹੀ ਉਹਨਾਂ ਦਾ ਕਹਿਣਾ ਵੀ ਇਹ ਸਹੀ ਨਹੀਂ ਹੈਗਾ ਤੇ ਬਾਕੀ ਹੁਣ ਦੇਖੋ ਵੀ ਜਿੱਦਾਂ ਹੁਣ ਹੋਰ ਫੰਡਮ ਕਰਦੇ ਆ ਕਿ ਨਹੀਂ ਕਰਦੇ ਉਹ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ ਵੀ ਸਕਾਟਲੈਂਡ ਵੀ ਯੂਕੇ ਦੇ ਨਾਲ ਰਹਿੰਦੀ ਆ ਕਿ ਇਹ ਉਹ ਯੂਰਪ ਦੇ ਵਿੱਚ ਆ ਰਹੀ ਆ ਹੁਣ ਤੋਂ ਬਾਅਦ ਚੱਲਦੇ ਆਂ ਹੀ ਨੈਕਸਟ ਖਬਰ ਵੱਲ ਜਿਹੜੀ ਹੁਣ ਨੈਕਸਟ ਖਬਰ ਆਈ ਉਹ ਹੈਗੀ ਆ ਸਚੀਲੀਆ ਰਜੋਨੇ ਤੋਂ ਆ ਰਹੀ ਆ ਤੇ ਉੱਥੇ ਵੀ ਇੱਕ ਡਾਕਟਰ ਵੀ ਜਿਹਨੂੰ ਵੈਕਸੀਨ ਲਗਾਈ ਗਈ ਸੀਗੀ ਵੀ ਇੱਕ ਡੋਜ਼ ਉਹਨੂੰ ਦਿੱਤੀ ਗਈ ਸੀਗੀ ਇਹ ਵੈਕਸੀਨ ਦੀ ਤਾਂ ਇਹ ਉਹ 6 ਦਿਨ ਤੋਂ ਬਾਅਦ ਫੇਰ ਮੁੜ ਕੇ ਪੋਜ਼ਿਟਿਵ ਪਾਈ ਗਈ ਆ ਤੇ ਡਾਕਟਰਾਂ ਦਾ ਕਹਿਣਾ ਵੀ ਇਹੀ ਆ ਵੀ ਜਿਹੜੀ ਇੱਕ ਡੋਜ਼ ਦੇ ਨਾਲ ਵੀ ਇੰਨੀ ਇਮਿਊਨਿਟੀ ਸਟਰੋਂਗ ਨਹੀਂ ਹੁੰਦੀ ਹੈਗੀ ਵੀ ਜਿੰਨੀ ਦੋ ਦੇ ਨਾਲ ਇਹ ਵਾਇਰਸ ਖਤਮ ਹੁੰਦਾ ਜਿਹੜਾ ਸੈਕੰਡ ਡੋਜ਼ ਦਿੱਤੀ ਜਾਂਦੀ ਆ ਇਹੋ ਵੀ 3 ਜਾਂ 6 ਵੀਕ ਤੋਂ ਬਾਅਦ ਦਿੱਤੀ ਜਾਂਦੀ ਆ ਵੀ ਉਹਦੇ ਨਾਲ ਜਿਹਦੀ ਦੋ ਡੋਜ਼ ਦੇ ਨਾਲ ਡਾਕਟਰਾਂ ਦਾ ਕਹਿਣਾ ਇਹੀ ਆ ਵੀ ਜ਼ਿਆਦਾ ਇਮਿਊਨਿਟੀ ਸਟਰੋਂਗ ਹੁੰਦੀ ਆ ਵੀ ਉਹਦੇ ਨਾਲ ਹੀ ਵਾਇਰਸ ਵੀ ਜਲਦੀ ਖਤਮ ਹੋਣ ਦੀ ਸੰਭਾਵਨਾ ਹੋਣ ਡੋਜ਼ ਦਿੱਤੀ ਜਾ ਰਹੀ ਹੈ ਇਹੋ ਇੱਕ ਹੀ ਡੋਜ਼ ਦਿੱਤੀ ਜਾਂਦੀ ਹੈ ਵੀ ਸਾਰੀ ਦੁਨੀਆ ਦੇ ਵਿੱਚ ਹੁਣ ਇੱਕ ਹੀ ਡੋਜ਼ ਦਿੰਦੇ ਆਈ ਹੁਣ ਇਹਦੀ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ ਇਟਲੀ ਦੇ ਵਿੱਚ ਨਵੇਂ ਕੇਸ ਆਇਆ ਜਾਂ ਤਾਂ ਇਹ 10800 ਨਿਊ ਕੇਸ ਆਇਆ ਤੇ ਜਿਹੜੀ ਡੈਥ ਹੋਈ ਆਈ 348 ਜਣਿਆਂ ਦੀ ਡੈਥ ਹੋਈ ਆ ਵੀ ਟੋਟਲ ਗਿਣਤੀ ਹੋ ਚੁੱਕੀ ਆਈ ਹੁਣ ਡੈਥ ਦੀ ਇਟਲੀ ਦੇ ਵਿੱਚ ਤਾਂ ਇਹ 7562 80 ਬੰਦੇ ਦੀ ਹੁਣ ਤੱਕ ਡੈਥ ਹੋ ਚੁੱਕੀ ਆ ਤੇ ਜਿਹੜੇ ਟੋਟਲ ਕੇਸ ਆਈ ਉਹਨਾਂ ਦੀ ਗਿਣਤੀ 21,66,244 ਤੇ ਠੀਕ ਹੋਣਾਂ ਦੀ ਗਿਣਤੀ ਹੈਗੀ 15,20,106 ਬੰਦਾ ਠੀਕ ਹੋ ਚੁੱਕੇ ਆ ਤੇ 5,70,458 ਬੰਦਾ ਇਸ ਟਾਈਮ ਐਕਟਿਵ ਕੇਸ ਆ ਇਟਲੀ ਦੇ ਵਿੱਚ ਤੇ ਜਿਹੜੇ 2579 ਕੇਸ ਆਈ ਆ ਇਸ ਟਾਈਮ ਸੀਰੀਅਸ ਕੰਡੀਸ਼ਨ ਦੇ ਵਿੱਚ ਵੀ ਜਿਹੜੇ ਆਈਸੀਯੂ ਦੇ ਵਿੱਚ ਦਾਖਲਾ ਬੰਦੇ ਉਹ ਆ ਤੇ ਇਸ ਤੋਂ ਬਾਅਦ ਹੀ ਆਪਾਂ ਹੁਣ ਗੱਲ ਕਰੀਏ ਯੂਕੇ ਦੀ ਤਾਂ ਯੂਕੇ ਦੇ ਵਿੱਚ ਅੱਜ ਕਾਫੀ ਜ਼ਿਆਦਾ ਨਵੇਂ ਕੇਸ ਆਏ ਆਈ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੇ ਯੂਕੇ ਦੇ ਵਿੱਚ ਕੇਸ ਆਏ ਆ ਤਾਂ ਇਹ 58784 ਨਵੇਂ ਕੇਸ ਆਏ ਆ ਤੇ 407 ਜਣਿਆਂ ਦੀ ਨਿਊ ਡੈਥ ਹੋਈ ਆ ਤੇ ਇਹਦੇ ਨਾਲ ਜਿਹੜੇ ਉੱਥੇ ਕੇਸ ਆਈ ਯੂਕੇ ਦੇ ਵਿੱਚ 27 ਲੱਖ ਤੋਂ ਉੱਪਰ ਹੋ ਚੁੱਕੇ ਆ ਤੇ ਫਰਾਂਸ ਦੇ ਵਿੱਚ ਤਕਰੀਬਨ 4000 ਨਵੇਂ ਕੇਸ ਆਏ ਆ ਤੇ 378 ਜਣਿਆਂ ਦੀ ਨਿਊ ਡੈਥ ਹੋਈ ਆ ਤੇ ਸਪੇਨ ਦੀ ਗੱਲ ਕਰੀਏ ਤਾਂ ਸਪੇਨ 'ਚ ਤਕਰੀਬਨ 9000 ਨਵੇਂ ਕੇਸ ਆਇਆ ਤੇ 61 ਜਣਿਆਂ ਦੀ ਨਿਊ ਡੈਥ ਹੋਈ ਹੈ ਤੇ ਜਰਮਨ ਦੀ ਗੱਲ ਕਰੀਏ ਤਾਂ ਜਰਮਨ ਦੇ ਵਿੱਚ ਹੀ 5000 ਨਵੇਂ ਕੇਸ ਆਇਆ ਤੇ 293 ਜਣਿਆਂ ਦੀ ਨਿਊ ਡੈਥ ਹੋਈ ਹੈ ਤੇ ਇਹੀ ਸੀਗੀ ਅੱਜ ਦੀ ਅਪਡੇਟ ਤੇ ਮਿਲਦੇ ਹਾਂ ਜੀ ਆਪਾਂ ਤੁਹਾਨੂੰ ਫਿਰ ਨੈਕਸਟ ਅਪਡੇਟ ਦੇ ਨਾਲ ਹੋਰ ਵੀਡੀਓ ਦੇ ਵਿੱਚ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ